गुरदासपुर नजदीक पिंड मिरमा च एक फाइनेंसर का कतल करन तो बाद उसकी लाश नू खेतां च सुट दिता गया, जिसकी लाश बरामद होने तो बाद यह सामने आया कि फाइनेंसर स्वर्ण सिंह ने बलजीत सिंह नां दे व्यक्ति नू ब्याज ते पैसे दिते सन। बलजीत सिंह यह पैसे वापस नहीं कर सकया, पर दोषी ने पैसे देने दे बहाने स्वर्ण सिंह नू अपनी दुकान ते बुलाया ते उत्थों अपने साथियों समेत बलजीत सिंह नू खेतां च ते जा के राड़ा मार के कतल कर दिता। ਧਨੀ ਮੀਰਵਾਂ ਦਾ ਬਲਜੀਤ ਸਿੰਘ ਨਾਂ ਦਾ ਬਿੱਲਾ ਬਿੱਲਾ ਕਹਿੰਦੇ ਹਨ, ਹਲਵਾਈ ਦੇ ਖਾਨ ਸੈਦੋ ਵਾਲੇ 'ਚ ਕਰਕੇ ਗਿਆ ਸੀ ਸਾਡੇ ਕੋਲ, ਰੁਪਈਆ 20,000 ਲੈ ਗਿਆ ਪਹਿਲਾਂ। ਉਹਦੇ ਬਾਅਦ 'ਚ ਕਹਿੰਦਾ ਵੀ ਮੇਰੀ ਕੁੜੀ ਨਾਲ ਯਾਰ ਖਾ ਲੈਣਾ, ਰੁਪਈਆ ਮੈਨੂੰ 5,000 ਹੋਰ ਦਿਓ। ਫਿਰ ਲੈ ਗਿਆ, ਫਿਰ ਉਹ ਪੈਸੇ ਨਹੀਂ, ਉਹਦੇ 4 ਮਹੀਨਾ ਕਰਾ ਕੇ ਤਾਂ ਪੈਸੇ ਨਹੀਂ ਉਹਦੇ ਆਉਂਦੇ, ਦਾਰੂ ਲੱਪੇ ਲਾਈ ਜਾਂਦੇ ਅਸੀਂ ਗਾਹ ਦੇ ਦੇਣਾ ਗਾਹ ਦੇਣਾ। ਪਰਸੋਂ ਮੈਂ ਉਹਨੂੰ ਮਿਲ ਕੇ ਗਿਆ ਅੱਜ ਪਰਸੋਂ, ਮੈਨੂੰ ਕਹਿੰਦੇ ਵੀ ਉਹਦਾ ਫੋਨ ਆਉਣ ਡਿਆ ਵੀ ਪੈਸੇ ਲੈ ਜਾਓ ਆਣ ਕੇ। ਉਹਦੇ ਬਾਅਦ ਮੈਂ ਕਿਹਾ ਤੁਸੀਂ ਨਾ ਜਾਓ, ਬੱਸੇ ਮੰਗਵਾ ਲਓ, ਬੱਸਾਂ ਚੱਲਦੀਆਂ ਰਹਿੰਦੀਆਂ ਭੈਣੀ ਨੂੰ। 2 ਵਜੇ ਆਣ ਕੇ ਦਫ਼ਤਰ ਖੋਲਿਆ, 3 ਵਜੇ ਫਿਰ ਉਹਦਾ ਫੋਨ ਆ ਗਿਆ ਵੀ ਪੈਸੇ ਲੈ ਜਾਓ ਆਣ ਕੇ। 3 ਵਜੇ ਫਿਰ ਉੱਥੇ ਗਿਆ, ਉਹਦੇ ਬਾਅਦ ਉਹਦਾ ਲਾਪਤਾ ਵਾ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।